ਸਤਿ ਸ੍ਰੀ ਅਕਾਲ ਦੋਸਤੋ, ਮੈਂ ਸੋਮ ਸਹੋਤਾ ਤੇ ਤੁਸੀਂ ਵੇਖ ਰਹੇ ਹੋ ਪੰਜਾਬੀ ਸਰਗਰਮੀਆਂ। ਪੰਜਾਬੀ ਸਰਗਰਮੀਆਂ ਦੇ ਤਹਿਤ ਅੱਜ ਗੱਲਬਾਤ ਕਰਦੇ ਹਾਂ ਜੀ, ਸ਼੍ਰੀ ਹਜ਼ੂਰ ਸਾਹਿਬ ਤੋਂ ਆਏ ਉਹਨਾਂ ਸ਼ਰਧਾਲੂਆਂ ਨੂੰ ਲੈ ਕੇ ਜੋ ਅੱਜ ਮਤਲਬ ਕੋਈ ਪੋਜ਼ਿਟਿਵ ਆ ਰਿਹਾ, ਕੋਈ ਨੈਗੇਟਿਵ ਆ ਰਿਹਾ, ਮਤਲਬ ਉਹਨਾਂ ਨੂੰ ਲੈ ਕੇ ਜਿਹੜੀ ਰਾਜਨੀਤੀ ਹੋ ਰਹੀ ਹੈ, ਉਸ ਰਾਜਨੀਤੀ ਦੇ ਵਿੱਚ ਦੋ ਮਤਲਬ ਜਿਹੜੀਆਂ ਪਾਰਟੀਆਂ ਨੇ, ਇੱਕ ਕਾਂਗਰਸ ਜੋ ਮੌਜੂਦਾ ਸਮੇਂ ਵਿੱਚ ਸੱਤਾ ਵਿੱਚ ਹੈ, ਔਰ ਇੱਕ ਉਹ ਪਾਰਟੀ ਜਿਸ ਨੇ 10 ਸਾਲ ਸੱਤਾ ਦਾ ਆਨੰਦ ਭੋਗਿਆ, ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ। ਇਹਨਾਂ ਦੇ ਵਿੱਚ ਕਿਤੇ ਨਾ ਕਿਤੇ ਜੋ ਸ਼ਬਦੀ ਜੰਗ ਹੈ ਉਹ ਇਸ ਸਮੇਂ ਸਾਰੇ ਵੇਖ ਵੀ ਰਹੇ ਨੇ ਔਰ ਸੁਣ ਵੀ ਰਹੇ ਨੇ। ਲੇਕਿਨ ਅੱਜ ਪੰਜਾਬੀ ਸਰਗਰਮੀਆਂ ਦੇ ਤਹਿਤ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ, ਸਾਬਕਾ ਡਿਪਟੀ ਸਪੀਕਰ ਸਾਹਿਬ ਨੇ, ਬਹੁਤ ਹੀ ਸਤਿਕਾਰਯੋਗ ਨੇ, ਜੋ ਰਾਜਨੀਤੀ ਦੇ ਨਾਲ ਨਾਲ ਸਾਹਿਤ ਦੀ ਬਹੁਤ ਵੱਡੀ ਜਾਣਕਾਰੀ ਰੱਖਦੇ ਨੇ। ਮੇਰੀ ਮੁਰਾਦ ਹੈ ਜੀ ਬੀਰ ਦਵਿੰਦਰ ਸਿੰਘ ਜੀ ਤੋਂ, ਜੋ ਕਿ ਮੌਜੂਦਾ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਵਿੱਚ ਬਤੌਰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਮੁੱਖ ਬੁਲਾਰੇ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਦੇ ਰਹੇ ਨੇ। ਬੀਰ ਦਵਿੰਦਰ ਸਿੰਘ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਸਰ ਜੀ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ। ਸਰ, ਇਸ ਸਮੇਂ ਜਿਹੜੀ ਰਾਜਨੀਤੀ ਆ, ਮਤਲਬ ਕੀ ਇਸ ਸਮੇਂ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਰਾਜਨੀਤੀ ਕਰਨੀ ਜਾਇਜ਼ ਹੈ? ਦੇਖੋ, ਅਰਜ਼ ਇਹ ਹੈ ਵੀ ਇਸ ਸਮੇਂ 'ਚ ਜਿਹੜੀ ਰਾਜਨੀਤੀ ਕਰਨੀ, ਇਹ ਇਸ ਤਰ੍ਹਾਂ ਦੀ ਗੱਲ ਹੈ ਜਿਵੇਂ ਕੋਈ ਸਰਦੀਆਂ ਦੀ ਰੁੱਤ ਵਿੱਚ ਸਰਦੀਆਂ ਤੋਂ ਬਚਣ ਲਈ ਸਿਵਿਆਂ ਦੇ ਸੇਕ ਨੂੰ ਜ਼ਿਆਦਾ ਤਰਜੀਹ ਦੇਵੇ, ਉੱਥੇ ਜਾ ਕੇ ਸੇਕਣਾ ਸ਼ੁਰੂ ਕਰੇ ਜੀ। ਇਹ ਮੈਂ ਸਮਝਦਾ ਕਿ ਇਸ ਤਰ੍ਹਾਂ ਦਾ ਮੰਜ਼ਰ ਹੈ ਜਿਹੜੇ ਲੋਕ ਸਿੱਖ ਸ਼ਰਧਾਲੂਆਂ ਦੇ ਵਾਪਸ ਪਰਤਣ ਔਰ ਉਹਨਾਂ ਦੇ ਜਿਹੜੇ ਕੋਰੋਨਾ ਦੇ ਕੇਸਿਸ ਨੇ ਉਹਨਾਂ ਦੇ ਪੋਜ਼ਿਟਿਵ ਹੋਣ ਤੇ ਰਾਜਨੀਤੀ ਕਰ ਰਹੇ ਨੇ ਸਿੱਖ ਰਹੇ ਨੇ ਜੀ। ਔਰ ਮੈਂ ਸਮਝਦਾ ਬਈ ਇਹ ਰਾਜਨੀਤੀ ਤਾਂ ਤਕਰੀਬਨ ਇੱਕ ਮਹੀਨੇ ਤੋਂ ਹੋ ਰਹੀ ਸੀ ਜੀ। ਪਹਿਲਾਂ ਤਾਂ ਇਸ ਗੱਲ ਤੇ ਆਹਮਣੇ ਸਾਹਮਣੇ ਸੀਗੇ ਕੈਪਟਨ ਅਮਰਿੰਦਰ ਸਿੰਘ ਤੇ ਬੀਬੀ ਸਿਮਰਤ ਕੌਰ ਬਾਦਲ ਜੀ, ਕਿ ਉਹਨਾਂ ਨੂੰ ਉੱਥੋਂ ਕੌਣ ਲਿਆਊਗਾ ਜੀ, ਉੱਥੋਂ ਉਹਨਾਂ ਨੂੰ ਲਿਆਂਦਾ ਨੀ ਜਾ ਰਿਹਾ, ਉੱਥੋਂ ਉਹਨਾਂ ਨੂੰ ਲਿਆਉਣ ਲਈ ਮੈਂ ਯਤਨ ਕਰ ਰਹੀ ਹਾਂ, ਮੈਂ ਯਤਨ ਕਰ ਰਹੀ ਹਾਂ ਜੀ। ਔਰ ਪਹਿਲਾਂ ਤਾਂ ਉਹਨਾਂ ਨੂੰ ਲਿਆਉਣ ਚ ਹੋਈ ਜਿਹੜੀ ਡੇਢ ਮਹੀਨੇ ਦੀ ਦੇਰੀ ਹੈ, 45 ਦਿਨ ਉੱਥੇ ਰਹੇ ਨੇ ਜੀ, ਇਹਦੇ ਲਈ ਨਾ ਤਾਂ ਸਰਕਾਰ ਨੂੰ ਮਾਫ ਕੀਤਾ ਜਾ ਸਕਦਾ ਪੰਜਾਬ ਦੀ ਜੀ, ਨਾ ਸ਼੍ਰੋਮਣੀ ਕਮੇਟੀ ਨੂੰ ਮਾਫ ਕੀਤਾ, ਕਿਉਂਕਿ ਸ਼ਰਧਾਲੂ ਸੀਗੇ ਔਰ ਯਾਤਰਾ ਦਰਸ਼ਨਾਂ ਲਈ ਹਜ਼ੂਰ ਸਾਹਿਬ ਗਏ ਸੀ ਜੀ। ਇਹ ਕੰਮ ਉਹਨਾਂ ਨੂੰ ਵਾਪਸ ਲਿਆਉਣ ਦੀ ਜਿਹੜੀ ਬੁਨਿਆਦੀ ਤੌਰ ਤੇ ਧਾਰਮਿਕ ਤੌਰ ਤੇ ਜ਼ਿੰਮੇਵਾਰੀ ਉਹ ਸ਼੍ਰੋਮਣੀ ਕਮੇਟੀ ਦੀ ਜੀ, ਪੰਜਾਬ ਦੇ ਸੀ ਸਾਰੇ, ਜੇ ਦਿੱਲੀ ਤੋਂ ਗਏ ਹੁੰਦੇ ਤਾਂ ਦਿੱਲੀ ਗੁਰਦੁਆਰਾ ਕਮੇਟੀ ਦੀ ਜ਼ਿੰਮੇਵਾਰੀ ਬਣ। ਬਿਲਕੁਲ। ਦੂਸਰਾ, ਇਹਦੇ 'ਚ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਸੀ ਉਹ ਬੀਬੀ ਹਰਸਿਮਰਤ ਕੌਰ ਦੀ ਖੁਦ ਦੀ ਬਣਦੀ ਸੀ ਔਰ ਸ਼੍ਰੋਮਣੀ ਅਕਾਲੀ ਦਲ ਦੀ, ਜਿਹਨਾਂ ਦਾ ਇਸ ਵੇਲੇ ਪ੍ਰਬੰਧ ਹੈ ਜਿਹੜਾ ਸ਼੍ਰੋਮਣੀ ਕਮੇਟੀ ਦਾ, ਉਹਦੇ ਤੇ ਕੰਟਰੋਲ ਹੈ ਜੀ। ਸਭ ਤੋਂ ਪਹਿਲੀ ਚੂਕ ਤਾਂ ਇਹ ਹੋ ਰਹੀ ਕਿ ਅਸੀਂ ਸਮਾਂ ਬਹੁਤ ਲਾ ਦਿੱਤਾ ਜੀ। ਬੀਬੀ ਹਰਸਿਮਰਤ ਕੌਰ ਕੈਬਨਿਟ ਮਿਨਿਸਟਰ ਸੀ, ਇਹੋ ਜਿਹੇ ਮੌਕੇ ਇਹ ਨੀ ਦੇਖਿਆ ਜਾਂਦਾ ਹੁੰਦਾ ਕਿ ਕੌਣ ਕਿਹੜੀ ਪਾਰਟੀ ਨਾਲ ਤਾਲੁਕ ਰੱਖਦਾ ਹੈ। ਬਿਲਕੁਲ। ਇਸ ਵੇਲੇ ਸਿਰਫ ਇਨਸਾਨੀਅਤ ਦੀ ਰਾਤ ਸਾਡੇ ਸਾਹਮਣੇ ਮੁੱਖ ਹੋਣੀ ਚਾਹੀਦੀ ਹੈ ਔਰ ਇਸ ਕਿਸਮ ਦਾ ਕਹਿਰ ਮਹਾਮਾਰੀ ਹੈ ਪੂਰੇ ਵਿਸ਼ਵ ਵਿੱਚ, ਉਹਦੇ 'ਚ ਰਾਜਨੀਤਿਕ ਰੋਟੀਆਂ ਸੇਕਣਾ ਬਹੁਤ ਵੱਡਾ ਪਾਪ ਹੈ ਜੀ। ਇਸ ਕਰਕੇ ਚਾਹੀਦਾ ਇਹ ਸੀ, ਜੇ ਜਿਵੇਂ ਅੱਜ ਬੀਬੀ ਹਰਸਿਮਰਤ ਕੌਰ PGC ਤੇ ਬੋਲ ਰਹੀ ਹੈ ਕਿ ਮੇਰਾ ਤਾਂ ਸਾਰਾ ਪੰਜਾਬ ਮੇਰਾ ਪਰਿਵਾਰ ਆ, ਮੈਂ ਤਾਂ ਇਹ ਕਰੂੰਗੀ, ਮੈਨੂੰ ਤਾਂ ਮੈਂ ਤਾਂ ਕਰਨਾ ਹੀ ਹੈ ਜੀ, ਤੇ ਜੇ ਉਹਨਾਂ ਦਾ ਪੰਜਾਬ ਪਰਿਵਾਰ ਹੈ ਤੇ 10 ਸਾਲ ਲਈ ਉਹਨਾਂ ਨੇ ਤਾਂ ਬਾਦਲ ਸਾਹਿਬ 5 ਵਾਰ ਮੁੱਖ ਮੰਤਰੀ ਰਹੇ ਨੇ, ਉਹ ਸਭ ਤੋਂ ਵੱਡੇ ਪੰਜਾਬ ਦੇ ਟਰਾਂਸਪੋਰਟਰ ਨੇ, 1000 ਬੱਸ ਉਹਨਾਂ ਕੋਲ ਹੈ, ਸਾਰੀ ਟਰਾਂਸਪੋਰਟ ਤੇ ਹੀ ਕਰਤੀ ਜੀ। ਸ਼੍ਰੋਮਣੀ ਕਮੇਟੀ ਦੇ ਜਿਹੜੇ ਸਕੱਤਰ ਨੇ ਜਾਂ ਮੁੱਖ
ਸਕੱਤਰ ਦੇ ਸਾਰੇ ਉਹਨਾਂ ਨੂੰ ਨਾਲ ਲੈ ਕੇ ਜਾਂਦੇ ਜੀ। ਪਰ ਉਹਨਾਂ ਕੋਲ ਤਾਂ ਆਪਣੇ ਟਰਾਂਸਪੋਰਟ ਦੇ ਆਫਤਾਂ ਦੇ ਮੈਨੇਜਰ ਨੇ ਜਿਹੜੇ ਬਾਬਾ ਇੰਡੀਆ ਦੇ ਖੜੇ ਹੁੰਦੇ ਨੇ ਇੱਧਰ ਉੱਧਰ, ਜਿਹੜੀ ਆਰਬਿਟ ਟਰਾਂਸਪੋਰਟ ਇੰਡੋ ਕੈਨੇਡੀਅਨ, ਉਹਨਾਂ ਦੇ ਮੈਨੇਜਰਾਂ ਮਰੂਜਰਾਂ ਨੂੰ ਇੱਕ ਬੱਸ ਭਰ ਕੇ ਲਿਜਾਂਦੇ ਨਾਲ ਜੀ। ਉੱਥੇ ਸਾਰਿਆਂ ਦੇ ਪਹਿਲਾਂ ਤਾਂ ਕੋਲ ਕੱਢ ਕੇ ਕਰਾਉਂਦੇ ਟੈਸਟ ਜੀ, ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਰੂਟ ਸੀ ਉਹ ਤੈਅ ਕਰਦੇ ਜੀ। ਉਸ ਰੂਟ ਤੇ ਧਿਆਨ ਰੱਖਣਾ ਪੜਦਾ ਕਿ ਉਹਨਾਂ ਸ਼ਹਿਰਾਂ ਨੂੰ ਛੱਡਿਆ ਜਾਏ ਜਿੱਥੇ ਆਲਰੇਡੀ ਬਹੁਤ ਵੱਡੀ ਪੱਧਰ ਤੇ ਕਰੋਨਾ ਫੈਲਿਆ ਹੋਇਆ ਜੀ। ਜਿਵੇਂ ਮੱਧ ਪ੍ਰਦੇਸ਼ ਚ ਮੈਨੂੰ ਪਤਾ ਲੱਗਿਆ ਕਿ ਇਹ ਯਾਤਰੂਆਂ ਦੀ ਠਹਿਰ ਜਿਹੜੀ ਸੀ ਸ਼ਰਧਾਲੂਆਂ ਦੀ ਉਹ ਇੰਦੌਰ ਵੀ ਹੋ ਗਈ ਜੀ। ਇੰਦੌਰ ਇਜ਼ ਏ ਹੌਟ ਪਲੇਸ ਇਨ ਮੱਧ ਪ੍ਰਦੇਸ਼ ਜੀ। ਤੇ ਰਾਜਸਥਾਨ ਵਿੱਚ ਸਭ ਤੋਂ ਮਾੜੀ ਹਾਲਤ ਭੀਲਵਾੜੇ ਵਿੱਚ ਜੀ। ਇਹ ਜਿਹੜੇ ਸ਼ਰਧਾਲੂ ਨੇ ਇਹਨਾਂ ਨੂੰ ਭੀਲਵਾੜੇ ਵਿੱਚ ਠਹਿਰਾਇਆ ਗਿਆ। ਬਿਲਕੁਲ ਬਿਲਕੁਲ। ਹੁਣ ਇੰਨੀ ਕੁ ਤਾਂ ਚੌਕਸੀ ਇਹਨਾਂ ਨੂੰ ਰੱਖਣੀ ਬਣਦੀ ਸੀ ਜਦੋਂ ਇਹ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਦਾ ਇੱਕ ਦੂਜੇ ਡੋਡੀਆਂ ਚੁੱਕ ਚੁੱਕ ਕੇ ਦੋਵੇਂ ਉਧਰੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਉਧਰੋਂ ਬੀਬੀ ਹਰਸਿਮਰਤ ਕੌਰ ਬਾਦਲ ਸ਼ੋਰ ਕਰ ਰਹੇ ਸੀ। ਲੇਕਿਨ ਵੱਡਾ ਵੱਡਾ ਇਹਦੇ ਚ ਮੁਜਰਮ ਪੰਜਾਬ ਦਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਜੀ, ਜਿਹਨੇ ਕੋਈ ਆਪਦੀ ਭੂਮਿਕਾ ਨੀ ਨਿਭਾਈ। ਉਹਨਾਂ ਨੂੰ ਚਾਹੀਦਾ ਸੀ ਜਦੋਂ ਇੱਕ ਮਹੀਨੇ ਤੋਂ ਇਹ ਰੌਲਾ ਚੱਲ ਰਿਹਾ ਵੀ ਸ਼ਰਧਾਲੂ ਫਸ ਕੇ ਸ਼ਰਧਾਲੂਆਂ ਨੂੰ ਲਿਆਉਣਾ, ਤਾਂ ਉਹਨੂੰ ਆਪਣੇ ਮਹਿਕਮੇ ਦੀ ਟੀਮ ਜਿਹੜੀ ਸੀ ਉਹਨੂੰ ਅਲਰਟ ਕਰਕੇ ਡਾਇਲੋਗੇ ਭੇਜਦੇ ਜੀ, ਜਾਂ ਇਹਨਾਂ ਦੇ ਬਾਰਡਰ ਦੇ ਕੈਂਪ ਲਾਉਂਦੇ। ਮਤਲਬ ਤੁਸੀਂ ਸਰਕਾਰ ਦੀਆਂ ਖੜੀਆਂ ਹੁੰਦੀਆਂ, ਡਾਕਟਰ ਖੜੇ ਹੁੰਦੇ। ਸਪੀਕਰ ਸਾਹਿਬ, ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਸੀ ਵੀ ਕਿਤੇ ਨਾ ਕਿਤੇ ਜਿਹੜੀਆਂ ਸਰਕਾਰ ਦੇ ਨਿੱਜੀ ਪ੍ਰਬੰਧ ਨੇ, ਜੋ ਇਹਨਾਂ ਦੇ ਵਾਸਤੇ ਪ੍ਰਬੰਧ ਕੀਤੇ ਗਏ ਨੇ, ਜੋ ਪ੍ਰਬੰਧ ਕੀਤੇ ਗਏ ਨੇ ਉਹ ਨਾ ਮਾਤਰ ਰਹੇ ਨੇ। ਨਹੀਂ ਨਹੀਂ, ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਮੁੱਢਲੇ ਤੌਰ ਤੇ ਖੁੱਟ ਕੇ ਫੇਲ ਹੋ ਗਏ ਪ੍ਰਬੰਧਕਾਰ ਜੀ। ਇਹਨਾਂ ਦਾ ਰੂਟ ਬਹੁਤ ਕੇਅਰਫੁਲੀ ਤੈਅ ਹੋਣਾ ਚਾਹੀਦਾ ਸੀ। ਜਿਹੜੀਆਂ ਬੱਸਾਂ ਪੰਜਾਬ ਰੋਡ ਵੇਚ ਦਿੱਤੀਆਂ ਜਾਂ ਜੋ ਵੀ ਭੇਜੀਆਂ ਨੇ ਇਹਨਾਂ ਨੇ, ਸਰਕਾਰ ਨੂੰ ਤਾਲਮੇਲ ਜਿਹੜਾ ਸੀ ਉਹ ਬਿਠਾਉਣਾ ਚਾਹੀਦਾ ਸੀ ਮਹਾਰਾਸ਼ਟਰ ਸਰਕਾਰ ਦੇ ਨਾਲ। ਲੇਕਿਨ ਸਪੀਕਰ ਸਾਹਿਬ, ਇੱਕ ਮੇਰਾ ਇੱਥੇ ਮੈਂ ਪ੍ਰਸ਼ਨ ਜ਼ਰੂਰ ਕਰਾਂਗਾ। ਪਿਛਲੇ ਦਿਨੀ ਬਾਈਟ ਵੀ ਆਈ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੀ, ਉਹਨਾਂ ਨੇ ਕਿਹਾ ਕਿ ਅਸੀਂ ਤਾਂ ਪੂਰੇ ਦਾ ਪੂਰਾ ਪੰਜਾਬ ਸਰਕਾਰ ਨੂੰ ਆਲਰੇਡੀ ਸੌਂਪ ਚੁੱਕੇ ਹਾਂ। ਮਤਲਬ ਪੰਜਾਬ ਸਰਕਾਰ ਨੂੰ ਅਸੀਂ ਸਾਰਾ ਕੁਛ ਦੇ ਚੁੱਕੇ ਹਾਂ ਵੀ ਤੁਹਾਨੂੰ ਜਿੱਥੇ ਜਿੱਥੇ ਪ੍ਰਬੰਧਾਂ ਦੀ ਜ਼ਰੂਰਤ ਹੈ ਤੁਸੀਂ ਕਰ ਸਕਦੇ ਹੋ। ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਾਂ ਕੋਈ ਢਿੱਲ ਨਹੀਂ ਕੀਤੀ ਗਈ। ਫਿਰ ਮੇਰੀ ਗੱਲ ਸੁਣੋ, ਜਦੋਂ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਹਾਦਸਾ ਵਾਪਰ ਜਾਂਦਾ ਹੈ ਜੀ, ਉਦੋਂ ਸਲਾਹਾਂ ਦੇਣ ਵਾਲੇ ਸਾਰੇ ਸਿਆਣੇ ਹੋ ਜਾਂਦੇ, ਗੱਲਾਂ ਕਰਨ ਵਾਲੇ ਵੀ ਸਿਆਣੇ ਹੋ ਜਾਂਦੇ ਵੀ ਆਏ ਕਰ ਲੈਣਾ ਚਾਹੀਦਾ ਸੀ, ਆਏ ਕਰ ਲੈਣਾ ਚਾਹੀਦਾ ਸੀ। ਜਦੋਂ ਇਹ ਰਵਾਨਗੀ ਸ਼ੁਰੂ ਹੋਈ ਹੈ ਹਜ਼ੂਰ ਸਾਹਿਬ ਤੋਂ ਜੀ, ਉਸ ਵੇਲੇ ਸ਼੍ਰੋਮਣੀ ਕਮੇਟੀ ਕਿੱਥੇ ਸੀ? ਉਹਨਾਂ ਨੇ ਆਪ ਤਾਲਮੇਲ ਕਿਉਂ ਨਾ ਬਿਠਾਇਆ? ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਜੀ ਜੀ। ਔਰ ਉਸ ਵੇਲੇ ਬੀਬੀ ਹਰਸਿਮਰਤ ਕੌਰ ਉਹਨਾਂ ਦਾ ਸਾਰਾ ਪ੍ਰਬੰਧ ਕੀਤੇ ਸੀ, ਔਰ ਸਰਕਾਰ ਨੇ ਜਿਹੜੇ ਉੱਥੋਂ ਬੰਦੇ ਲਿਆਂਦੇ ਇਹਨਾਂ ਦਾ ਸਰਕਾਰ ਦਾ ਹੈਲਥ ਮਿਨਿਸਟਰ ਕੀਤੇ। ਹੁਣ ਜੋ ਕਹਿੰਦਾ ਮੈਂ ਉਹਦੇ ਮਹਾਰਾਸ਼ਟਰ ਹੈਲਥ ਮਿਨਿਸਟਰ ਨਾਲ ਗੱਲ ਕਰਕੇ ਉਹਨੂੰ ਪੁੱਛਿਆ ਬਈ ਇਹਨਾਂ ਦੀ ਟੈਸਟਿੰਗ ਕਿੱਥੇ ਹੋਈ, ਇਹਨਾਂ ਦਾ ਕੀ ਪ੍ਰਬੰਧ ਸੀ, ਹੁਣ ਕੱਢਣ ਦਾ ਕੀ ਫਾਇਦਾ? ਹੁਣ ਤਾਂ ਨੁਕਸਾਨ ਹੋ ਗਿਆ, ਹੁਣ ਤਾਂ 800-900 ਬੰਦਾ ਪੋਜ਼ਿਟਿਵ ਆ ਗਿਆ, ਹੋਰ ਵੀ 100-200 ਆ ਸਕਦਾ ਹੈ, ਤੇ ਹੱਥਾਂ ਪੈਰਾਂ ਦੀ ਪਈ ਆ ਸਾਰੇ ਮਹਿਕਮਿਆਂ ਨੂੰ ਉਹਨਾਂ ਨੂੰ ਸੰਭਾਲਣ ਲਈ ਸ਼ਰਧਾਲੂਆਂ ਨੂੰ ਜੀ। ਪਹਿਲਾਂ ਕੀ ਕਰਦੇ ਸੀ, ਪਹਿਲਾਂ ਕੀ ਕਰਦੇ ਸੀ? ਬਿਲਕੁਲ ਬਿਲਕੁਲ, ਮੈਂ ਸਮਝਦਾ ਇਹਨਾਂ ਸਾਰਿਆਂ ਨੇ ਅਣਗਹਿਲੀ ਕੀਤੀ ਹੈ। ਇਹ ਸਾਰੇ ਹੁਣ ਰਾਜਨੀਤੀ ਕਰ ਰਹੇ ਨੇ, ਵਿੱਚ ਬੀਬੀ ਹਰਸਿਮਰਤ ਕੌਰ ਕਰ ਰਹੀ ਹੈ। ਇਹਨਾਂ ਨੂੰ ਤਾਂ ਇਹ ਤਾਂ 2022 ਦੀਆਂ ਚੋਣਾਂ ਚੋ ਮੁੱਖ ਮੰਤਰੀ ਸ਼ਿਫਟ ਲੱਭ ਰਹੇ ਨੇ, ਇਹਨਾਂ ਨੂੰ ਕੋਈ ਫਿਕਰ ਨਹੀਂ ਕਿ ਪੰਜਾਬ ਬਰਬਾਦ ਹੋ ਗਿਆ, ਪੰਜਾਬ ਦੇ ਲੋਕ ਇੰਨੇ ਪੀੜਿਤ ਹੋ ਗਏ ਨੇ, ਸਾਡਾ ਸਾਰਾ ਪ੍ਰਬੰਧ ਜਿਹੜਾ ਹੈਗਾ ਨਾ ਕਾਫੀ ਪੈ ਗਿਆ ਜੀ। ਬੀਬੀ ਵੀ ਦੇਖ ਰਹੀ ਹੈ ਵੀ 2022 ਦੀਆਂ ਚੋਣਾਂ ਤੇ ਇਲ ਵਾਂਗੂ ਉਹਨੇ ਅੱਖ ਲਾਈ ਹੋਈ ਹੈ। ਇਸੇ ਦੇ ਨਾਲ ਅਮਰਿੰਦਰ ਸਿੰਘ ਦੀ ਕੋਸ਼ਿਸ਼ ਹੈ ਕਿ ਮੈਂ ਦੁਬਾਰਾ 2022 ਚ ਆ ਜਾ ਤਮਾਸ਼ੇਬਾਜ਼ੀ ਕਰਕੇ, ਲੋਕਾਂ ਨੂੰ ਸੰਭਾਲਣ ਵਾਲ ਕਿਸੇ ਦਾ ਕੋਈ ਧਿਆਨ ਨਹੀਂ। ਬਿਲਕੁਲ ਵੀਰ ਰਵਿੰਦਰ ਸਿੰਘ ਜੀ, ਮੈਂ ਤੁਹਾਡੇ ਕੋਲ ਇੱਕ ਟਕਸਾਲੀ ਨਾਲ ਰਿਲੇਟਡ ਜ਼ਰੂਰ ਪ੍ਰਸ਼ਨ ਪੁੱਛਣਾ ਚਾਹੁੰਦਾ ਹਾਂ।
अज आपां राजनीति दी सारे गल कर रहे हैं, श्रोमणी अकाली दल बादल दी गल कर रहे हैं, कांग्रेस पार्टी दी गल कर रहे हैं। इन्हां दिनां दे विच जे आपां लाया जावे तां श्रोमणी अकाली दल टकसाली ओ प्रेजेंट समें दे विच की करदा नजर आ रहा सर? गल ये है भी श्रोमणी अकाली दल टकसाली उहदे कोई इस वेले किसे भी किसम दी सुविधा की है ना ही उन्हां दा कोई सीधे तौर ते सारे लॉकडाउन च ने और कर्फ्यू च ने। जी जी इस वेले जेहड़े साधन हैगे ने साधन ते सुविधावां जी ओ जां श्रोमणी अकाली दल कोल ने जां कांग्रेस कोल ने, कांग्रेस दी सरकार है जी। श्रोमणी अकाली दल कोल जेहड़ी हैगी है श्रोमणी गुरुद्वारा प्रबंधक कमेटी है ते नाल उहदा कोल सैक्टर दी वजीरी है जी जी जी। इस करके ये दो पार्टियां ने असल दा उन्हां दा ही जिहड़ा मुख रोल बनता है, मतलब इस रोल नूं निभाउण दे विच, इस रोल नूं निभाउण दे विच कांग्रेस भी फेल हुंदी नजर आ रही है और श्रोमणी अकाली दल दे जो स्टेप चक्के असी सरदारनुआं लई ओह भी फेल हुंदी नजर आ रही है, की कहना चाहुंदे हो? मैं कहना चाहुंदा भई असी सारे संसार विच साडी भल बणी है सिखां दी लंगर चलाउण दी, सेवा करन दी, इत्थे तक के ओह रवि सिंह जिहड़ी संस्था चला रहे ने जी, अपने बंदियां नूं संभालण च फेल हो रहे, ना उहनां नूं ठीक ढंग नाल खाणा मिल रिहा, ना दवाइयां मिल रहीयां ने, ना उहनां नूं सामना करना पिया जो उन्हां दी पुछ पड़ताल लई गए। ਮੈਂ ਵੀ ਆਪਣੀ ਸੀਟ ਹਵਾਈ ਜਹਾਜ਼ ਦੀ ਬੁੱਕ ਕਰਾਈ ਹੋਈ ਸੀ ਨਦੇੜ ਸਾਹਿਬ ਵਾਸਤੇ ਜੀ ਬੱਚਿਆਂ ਸਮੇਤ, ਮੈਂ ਜਦੋਂ ਇਹ ਹਾਲਾਤ ਵਿਗੜ ਗਏ ਤੇ ਉਸ ਸੀਟਾਂ ਦੀ ਬੁੱਕ ਕਰਾਈ, ਆਪਣਾ ਕੈਂਸਲ ਕਰਾਈ, ਉਹ ਵੀ ਏਅਰਲਾਈਨ ਨੇ ਕੈਂਸਲ ਨਹੀਂ ਕੀਤੀ, ਨਵੇਂ ਰੱਖਤੀ ਵੀ ਤੁਸੀਂ ਦਸੰਬਰ ਤੱਕ ਇਹਨੂੰ ਜਦ ਮਰਜ਼ੀ ਇਸਤੇਮਾਲ ਕਰ ਲਿਓ, ਪਰ ਜੇ ਅਸੀਂ ਚਲੇ ਗਏ ਹੁੰਦੇ ਤਾਂ ਅਸੀਂ ਵੀ ਇਹਨਾਂ ਸ਼ਰਧਾਲੂਆਂ ਦੇ ਵਿੱਚ ਹੀ ਸ਼ਾਮਿਲ ਹੋਣਾ, ਵੈਸੇ ਮੇਰੇ ਬੀਵੀ ਤੇ ਬੱਚਿਆਂ ਸਮਝੇ ਨਾ ਜੀ ਜੀ। ਵਾਪਸ ਤਾਂ ਇਹ ਬੰਦੇ ਸਾਰੇ ਲੋਕ ਆਪਣੇ ਘਰਾਂ ਨੂੰ ਆਏ ਨੇ ਨਾ, ਕੋਈ 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 ਕਿਸੇ ਹੋਰ ਜਗ੍ਹਾ ਤਾਂ ਨਹੀਂ ਚਲੇ ਗਏ ਜੀ। ਉਹਨਾਂ ਦੇ ਨਾਲ ਇਸ ਕਿਸਮ ਦਾ ਵਰਤਾਅ ਕਰਨਾ ਇਸ ਤੋਂ ਮਾੜੀ ਗੱਲ ਹੋਰ ਕੋਈ ਹੋ ਨਹੀਂ ਸਕਦੀ, ਉਹ ਸਾਡੇ ਪਰਿਵਾਰਕ ਮੈਂਬਰ ਨੇ। ਬਿਲਕੁਲ ਬਿਲਕੁਲ ਜੀ, ਮੈਂ ਮੁੱਖ ਮੰਤਰੀ ਜੀ ਨੂੰ ਇਹ ਕਹਾਂਗਾ ਵੀ ਤੁਸੀਂ ਸਾਰਾ ਕੁਝ ਜਿਹੜਾ ਹੈਗਾ ਇਹਦੀਆਂ ਜਿਹੜੇ ਕੁਆਰੰਟੀਨ ਸੈਂਟਰ ਨੇ ਉਹ ਕਰਮਚਾਰੀਆਂ ਤੇ ਛੱਡਤਾ, ਆਪ ਸਾਰੇ ਡਰੇ, ਆਪੋ ਆਪਣੇ ਘਰਾਂ 'ਚ ਬੜੇ ਬੈਠੇ ਨੇ, ਸਿਰਫ ਟੀਵੀ ਤੇ ਦਿਖਾਵਾ ਕਰਦੇ ਨੇ, ਇਹਨਾਂ ਦੇ ਕੋਲ ਮੰਤਰੀਆਂ ਦੀ ਫੌਜ ਹੈ, ਉਹ ਸਾਰੇ ਮਨਿਸਟਰਾਂ ਨੂੰ ਕਿਉਂ ਨਹੀਂ ਭੇਜਦੇ ਕੁਆਰੰਟਾਈਨ ਸੈਂਟਰਾਂ ਤੇ ਜਾਣ, ਉੱਥੇ ਜਾ ਕੇ ਸਾਰੇ ਪ੍ਰਬੰਧ ਦੇਖਣ ਜੀ, ਜਿਹੜੇ ਉੱਥੇ ਕਰਮਚਾਰੀ ਕੰਮ ਕਰ ਰਹੇ ਨੇ ਉਹਨਾਂ ਨੂੰ ਕਿਹੜਾ ਕੋਰੋਨਾ ਖਾ ਗਿਆ ਸਰ? ਕੈਪਟਨ ਸਾਹਿਬ ਤਾਂ ਰੋਜ਼ ਕੈਪਟਨ ਸਾਹਿਬ ਤਾਂ ਰੋਜ਼ ਆਪਣੇ ਮੋਬਾਈਲ ਤੇ ਕਿਸੇ ਨਾ ਕਿਸੇ ਆਫੀਸਰ ਦੇ ਨਾਲ, ਇਲਾਕੇ ਦੇ ਕਿਸੇ ਡਾਕਟਰ ਸਾਹਿਬ ਦੇ ਨਾਲ, ਪੁਲਿਸ ਆਫੀਸਰ ਦੇ ਨਾਲ ਸੰਪਰਕ ਵਿੱਚ ਨੇ। ਉਹਦੀ ਉਹ ਸੰਪਰਕ ਇਹ ਵਜ਼ੀਰਾਂ ਨੂੰ ਕਿਉਂ ਦੇ ਮੌਕੇ ਤੇ ਭੇਜਦੇ? ਹੁਣ ਤੁਸੀਂ ਗੱਲ ਆਈ ਹੈ ਕਿ ਉਹ ਰਾਣਾ ਗੁਰਜੀਤ ਸਿੰਘ ਕਪੂਰਥਲਾ ਗਏ ਨੇ, ਉਹਨਾਂ ਨੂੰ ਸ਼ਰਧਾਲੂਆਂ ਨੂੰ ਮਿਲੇ ਨੇ ਜੀ, ਉਹਨਾਂ ਨੇ ਆਪਣੇ ਹੱਥੀ ਪ੍ਰਬੰਧ ਦੇਖਿਆ, ਜਦੋਂ ਪ੍ਰਬੰਧ ਬੇਹੱਦ ਨਾਕਸ ਸੀ ਜੀ ਜੀ, ਉਹਨਾਂ ਨੇ ਸ਼ਰਧਾਲੂ ਸ਼ਿਫਟ ਕਰਤੇ ਟੈਕਨੀਕਲ ਯੂਨੀਵਰਸਿਟੀ। ਬਿਲਕੁਲ ਇਸੇ ਤਰ੍ਹਾਂ ਅੱਜ ਮੈਂ ਦੇਖ ਰਿਹਾ ਸੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਉਹ ਬਟਾਲਾ ਪਹੁੰਚੇ ਨੇ ਉਹਨਾਂ ਨੂੰ ਮਿਲਣ ਵਾਸਤੇ ਜੀ, ਸ਼ਰਧਾਲੂਆਂ ਨੂੰ ਜਿਹੜੇ ਕੁਆਰੰਟੀਨ ਕੀਤੇ ਹੋਏ ਨੇ। ਜੇ ਮੰਤਰੀ ਜਾਣਗੇ ਤਾਂ ਪ੍ਰਬੰਧ ਤੇ ਵਿਵਸਥਾ ਜਿਹੜੀ ਆ ਜ਼ਰੂਰ ਬਿਹਤਰ ਹੋਏਗੀ ਸਰ। ਇਹ ਤਾਂ ਮੰਨਦੇ ਹੋ ਵੀ ਕੁਛ ਇੱਕ ਮੰਤਰੀ ਹੈ ਰਿਸਕ ਲੈ ਕੇ ਲੋਕਾਂ ਤੱਕ ਜਾ ਵੀ ਰਹੇ ਨੇ, ਇਹ ਤਾਂ ਤੁਸੀਂ ਮੰਨਦੇ ਹੋ ਨਾ? ਸਾਰਿਆਂ ਨੂੰ ਭੇਜੋ, ਇਹਨਾਂ ਦੀਆਂ ਡਿਊਟੀਆਂ ਲਾਓ, ਜਿਹੜੇ ਜਿਹੜੇ ਜ਼ਿਲ੍ਹੇ ਦੇ ਮੰਤਰੀ ਨੇ ਉਹਨਾਂ ਜ਼ਿਲ੍ਹਿਆਂ 'ਚ ਜਾਣ, ਜਾ ਕੇ ਉੱਥੇ ਪ੍ਰਬੰਧ ਦੇਖਣ, ਜਿੱਥੇ ਕਿਤੇ ਕੋਈ ਕਮੀ ਪੇਸ਼ੀ ਆ ਉਹਨੂੰ ਦੂਰ ਕਰਵਾਉਣ ਜੀ, ਆਪਣਾ ਇੰਤਜ਼ਾਮ ਕਰਕੇ ਜਾਣ, ਮਾਸਕ ਪਹਿਨ ਕੇ ਜਾਣ, ਜਿਵੇਂ ਬਾਕੀ ਕਰਮਚਾਰੀ ਸਰਕਾਰ ਦੇ ਕੰਮ ਕਰ ਰਹੇ ਨੇ, ਚਾਹੇ ਅਫਸਰ ਨੇ ਚਾਹੇ ਡਾਕਟਰ ਨੇ, ਅੰਦਰੋਂ ਵਿਚਾਰੇ ਫਰੰਟ ਲਾਈਨ 'ਚ ਲੜ ਰਹੇ ਨੇ ਜੀ, ਤੇ ਉਹ ਇਹ ਦੇ ਅੰਦਰ ਇਸ ਦੀ ਕੰਟੀਨਿਊ ਕਿਹਾ ਹੈ।
बिल्कुल बिल्कुल जी बिल्कुल। दोस्तों मैं दसना चाहता कि वीर दविंदर सिंह जी मेरे नाल जुड़े सन, जिहड़े कि दस रहे सन कि मंत्रियों भी निकलना चाहिए, और बहुत वड्डी गल है कि मंत्रियों कैप्टन साहब नूं कहना चाहिए कि अपने अपने इलाके विच जाओ, जो संबंधित लोग ने उन्हां दे नाल संपर्क विच रहो। और दविंदर सिंह जी ने एक बहुत वड्डी गल की है कि मास्क जो भी मतलब सरकारी हदायतां ने, जो भी प्रशासन दीआं हदायतां ने, उन्हां नूं मद्देनज़र रखते हुए तुसीं अपने अपने इलाके विच जाके लोगों के नाल गलबात करो। और वड्डी गल उन्होंने ये गल कही है कि इस समय जिहड़ी राजनीति हो रही है इस सिचुएशन दे विच, जदों कि चारे पासे मतलब एक फिक्र है, एक डर है, एक भय है लोगों के चेहरे विच, इस समय राजनीति होनी मतलब राजनीति जिहड़ी है वह हो सकता है कि 2022 दीआं जिहड़ियां चोणां ने उसनूं मद्देनज़र रखते हुए हुण तों जिहड़ी ग्राउंड है वह बनाउणी शुरू हो चुकी है, और जद कि इस समय अजिहा नहीं होना चाहिए। दविंदर सिंह जी बहुत बहुत मेहरबानी, तुसी पंजाबी सरगर्मियां लई वक्त कढ़िया, तुहाडा बहुत बहुत शुक्रिया सर। जी मेहरबानी, मैं सारे पंजाबियों और देशवासियों दी ते पंजाबी लई दुआ करदा परमात्मा सारे देश नूं पंजाब नूं इस महामारी तों जल्दी मुक्त। थैंक यू वेरी मच सर। सो दोस्तों वीर दविंदर सिंह जी मेरे नाल जुड़े सन, इन्हां दी गलबात ते गौर करना है, और सही कमेंट जरूर तुसी नीचे लिखना है कि आखिर इन्हां दी गलबात दे विच की सच्चाई है, जां किते ना किते इन्हां दी गलबात दे विच भी राजनीति है। और वड्डी गल है दोस्तों कि पंजाबी सरगर्मियां चैनल नूं सब तो पहला सबसक्राइब करो, सबसक्राइब करन तो बाद वीडियो नूं लाइक करो, और वीडियो नूं शेयर तुसी जरूर करो, क्योंकि तुहाडे द्वारा कीती हुई शेयर एक वीडियो हजारां लोगों तक जाएगी और असल जिहड़ी पिक्चर है वह लोगों तक पहुंचेगी। जुड़े रहो पंजाबी सरगर्मियां दे नाल।